की हो गया ਸਾਡਾ ਨਾਮ ਅਕਬਾਲ ਸਿੰਘ ਪਿੰਡ ਮੈਸਰ ਕਰਨਾ ਅੱਛਾ ਕੀ ਹੋਇਆ ਬੂਥ ਤੇ ਜੀ ਬੂਥ ਤੇ ਮੇਰਾ ਭਾਈ ਮੈਂਬਰ ਉੱਠਿਆ ਜੀ ਅੱਛਾ ਕੀ ਨਾਮ ਉਹਦਾ ਨਾ ਸਤਨਾਮ ਸਿੰਘ ਅੱਛਾ ਤੇ ਦੂਸਰਾ ਬੰਦਾ ਇੱਕ ਫੌਜੀ ਆ ਜੀ ਜਿਹੜਾ ਫੌਜੀ ਮੌਕੇ ਦਾ ਉਹ ਜਿਆ ਹੋਇਆ ਦੋ ਪਟਵਾਰੀ ਆ ਹੁਣ ਮੌਕੇ ਦੇ ਜਿਨ੍ਹਾਂ ਨੇ ਪੱਗ ਲਾਹੀ ਆ ਹੁਣ ਅੱਛਾ ਉਹਨਾਂ ਦੇ ਪਰਚੇ ਅੱਜ ਜੇ ਹੋਣਾ ਚਾਹੀਦਾ ਜੀ ਠੀਕ ਮਿਲਣਾ ਚਾਹੀਦਾ ਅੰਬਰਧਾਰੀ ਬੰਦੇ ਆ ਜੀ ਅਸੀਂ ਹਮਲਾ ਕੀਤਾ ਵੋਟਾਂ ਪੈ ਰਹੀਆਂ ਜੀ ਬਹੁਤ ਸ਼ਾਂਤਮਈ ਅੱਛਾ ਜੀ ਸ਼ਾਂਤਮਈ ਵੋਟਾਂ ਪੈ ਰਹੀਆਂ ਸੀ ਆਪਾਂ ਵੋਟਾਂ ਨੂੰ ਕਹਿ ਰਹੇ ਸੀਗੇ ਵੀ ਸ਼ਾਂਤਮਈ ਪਾ ਲਓ ਵਧੋ ਅੱਛਾ ਤੁਸੀਂ ਕਿਹੜੀ ਪਾਰਟੀ ਤੋਂ ਖੜੇ ਹੋ ਅਸੀਂ ਤਾਂ ਆਮ ਪਾਰਟੀ ਦੇ ਵਰਕਰ ਸੀ ਅੱਛਾ ਜੀ ਤੇ ਸ਼ਾਂਤਮਈ ਵੋਟਾਂ ਪੈ ਰਹੀਆਂ ਤੇ ਮੰਨ ਲਾ ਮੈਂ ਪਿਛਲੇ ਪਾਸੇ ਪਾਣੀ ਨੂੰ ਕਹਿ ਰਿਹਾ ਸੀਗਾ ਯੂ ਆਰਮੀ ਬਹੁਤਾ ਪਾਣੀ ਪੀ ਲਓ ਭਾਈ ਸ਼ਾਂਤਮਈ ਮਾਈਆਂ ਨੂੰ ਤਾਂ ਟੱਪ ਜਾਣ ਦਿਓ ਚਾਨਕ ਮੁੰਡਾ ਉਹਨਾਂ ਦਾ ਫੌਜੀ ਹੈ ਅੱਛਾ ਕਹਿੰਦੇ ਛੁੱਟੀ ਆਇਆ ਹੋਇਆ ਹੁਣ ਉਹ ਆਇਆ ਤਾਂ ਚਾਨਕ ਵਿੱਚੋਂ ਆ ਕੇ ਪੱਗ ਲਾ ਕੇ ਨਟ ਗਿਆ ਉਹ ਤੇ ਇੱਕ ਨੇ ਦਾੜੀ ਫੜ ਲਈ ਅੱਛਾ ਆਪਾਂ ਅੰਬਰ ਛਕਿਆ ਹੋਇਆ ਅੰਬਧਾਰੀ ਹੈ ਠੀਕ ਜੋ ਵੀ ਉਹਨਾਂ ਦੇ ਦਾੜੀ ਪੱਟਣ ਦੀ ਮੰਨ ਲਾ ਸਿੱਖ ਆਪਣੇ ਜਥੇਬੰਦੀ ਫੈਸਲਾ ਲੈ ਸਕਦੇ ਆ ਜੀ ਉਹਨਾਂ 'ਤੇ ਕਾਰਵਾਈ ਬਣਦੀ ਅਕਾਲ ਤਖ਼ਤ ਤੋਂ ਕੀ ਮੰਗ ਕਰਦੇ ਆ ਅਕਾਲ ਤਖ਼ਤ ਸਾਹਿਬ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਵੀ ਦਾੜੀ ਪੱਟੀ ਦੇ ਇਨਸਾਫ਼ ਪੱਗ ਲਾਈ ਦਾ ਇਨਸਾਫ਼ ਅਤੇ ਵੋਟਾਂ ਜੀ 7 ਨੰਬਰ ਪੋਲਿੰਗ 'ਚ ਪਈ ਜਾਂਦੀਆਂ ਸੀ ਵਧੀਆ ਸੁੱਖ ਸ਼ਾਂਤੀ ਨਾਲ ਵੋਟਾਂ ਪਈ ਜਾਂਦੀਆਂ ਸੀਗੀਆਂ ਅਤੇ 7 ਅਤੇ 8 ਦਾ ਅਤੇ ਇੱਥੇ ਅਕਾਲੀ ਪਾਰਟੀ ਨੇ ਕੀ ਕਰਿਆ 4-5 ਬੰਦਿਆਂ ਨੇ ਇੱਕ ਅੰਬਰਧਾਰੀ ਬੰਦਾ ਅੰਬਰ ਛਕਿਆ ਹੋਇਆ ਸੀ ਅਤੇ ਆ ਕੇ ਮੈਂਬਰ ਸਾਹਿਬ ਅਤੇ ਆ ਕੇ ਜਰਬਦਸਤੀ ਮੈਂਬਰ ਦਾ ਨਾਂ ਕੀ ਹੈ ਸਤਪਾਲ ਸਤਨਾਮ ਸਿੰਘ ਅੱਛਾ ਜੀ ਜਰਬਦਸਤੀ ਆ ਕੇ ਧੱਕਾ ਮਾਰ ਕੇ ਅਤੇ ਉਹਦੀ ਪੱਗ ਲਾਤੀ ਅੰਬਰ ਛਕਿਆ ਹੋਇਆ ਸੀ ਬੰਦੇ ਦਾ ਅੱਛਾ ਜੀ ਵੀ ਹੁਣ ਉਹਨਾਂ ਨੂੰ ਮੰਨ ਲਓ ਕਿਵੇਂ ਲੜੋ ਹਾਰ ਦੇਖ ਲਓ ਜਾਣ ਜਾਣ ਜਰਬਦਸਤੀ ਧੱਕਾ ਕਰਦੇ ਆ ਆਮ ਪਾਰਟੀ ਸਹਿਮਤੀ ਸੀ ਵਧੀਆ ਟਿਕ ਗਈ ਨਾ ਵਧੀਆ ਵੋਟਾਂ ਪਈ ਜਾਂਦੀਆਂ ਸੀ ਟਿਕ ਠੀਕ ਹੈ ਅਤੇ ਥੋੜ੍ਹਾ ਹੰਕਾਰ ਜ਼ਿਆਦਾ ਦਿਖਾਈ ਜਾਂਦੇ ਆ ਗੁੰਡਾਗਰਦੀ ਕਰਦੇ ਆ ਵੀ ਹੁਣ ਸਾਡਾ ਆਮ ਪਾਰਟੀ ਕਹਿੰਦੇ ਵੀ ਨਹੀਂ ਕਿਸੇ ਨਾਲ ਲੜਨਾ ਵਧੀਆ ਠੰਡੇ ਮਤੇ ਨਾਲ ਵੀ ਉੱਪਰ ਪੈਣ ਦੋ ਤਿੰਨ ਦਿਨਾਂ ਤੋਂ ਕਰੀ ਜਾਂਦੇ ਆ ਜੀ ਅਸੀਂ ਕਹਿੰਦੇ ਫਿਰ ਵੀ ਕੋਈ ਗੱਲ ਨਹੀਂ ਪਿੰਡ ਹੈ ਪਿੰਡ ਪਿੱਛੇ ਕਾਹਦੇ ਪਿੱਛੇ ਲੜਨਾ ਹੈ ਦੋ ਤਿੰਨ ਦਿਨ ਪਹਿਲਾਂ ਵੀ ਹੋਇਆ ਇੱਕ ਝਗੜਾ ਉਦੇ ਵੀ ਇਹੀ ਚੱਕਰ ਸੀਗਾ ਇਹਨਾਂ ਦਾ ਹੰਕਾਰ ਥੋੜ੍ਹਾ ਜ਼ਿਆਦਾ ਹੈਗਾ ਜੀ